ਮਾਂ ਦਾ ਦਰਜਾ ਅਤੇ ਮਾਂ ਦਾ ਸਥਾਨ ਮਨੁੱਖ ਦੀ ਜ਼ਿੰਦਗੀ ਵਿੱਚ ਸਭ ਤੋਂ ਅਹਿਮ ਹੁੰਦਾ ਹੈ। ਮਾਂ ਹੀ ਹੁੰਦੀ ਹੈ ਜੋ ਬਚਪਨ ਤੋਂ ਹੀ ਬੱਚੇ ਲਈ ਅਸਹਿ ਅਤੇ ਅਕੈ ਦੁੱਖ ਸਹਾਰਦੀ ਹੈ ਅਤੇ ਆਪਣੇ ਬੱਚਿਆਂ ਦੀ ਪਰਵਰਿਸ਼ ਵਿੱਚ ਕੋਈ ਵੀ ਕਮੀ ਨਹੀਂ ਛੱਡਦੀ। ਅਜਿਹੇ ਹੀ ਸਨ ਮਾਤਾ ਨਸੀਬੋ ਦੇਵੀ ਜੀ। ਮਾਤਾ ਨਸੀਬੋ ਦੇਵੀ ਜੀ ਇੱਕ ਬਹੁਤ ਹੀ ਚੰਗੇ ਅਤੇ ਸੰਸਕਾਰੀ ਔਰਤ ਸਨ। ਉਹਨਾਂ ਆਪਣੇ ਬੱਚਿਆਂ ਨੂੰ ਨਾ ਕੇਵਲ ਚੰਗੇ ਸੰਸਕਾਰ ਦਿੱਤੇ ਬਲਕਿ ਉਹਨਾਂ ਨੂੰ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਮਾਤਾ ਨਸੀਬੋ ਦੇਵੀ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਗ੍ਰਹਿ ਟੀਚਰ ਕਲੋਨੀ ਪੱਦੀ ਰੋਡ ਬਲਾਚੌਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪੰਡਿਤ ਜੀ ਵੱਲੋਂ ਜੀਵਨ ਅਤੇ ਮੌਤ ਦੀਆਂ ਸੱਚਾਈਆਂ ਬਾਰੇ ਚਾਨਣਾ ਪਾਇਆ ਅਤੇ ਸਭਨਾਂ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਦਰਸਾਏ ਮਾਰਗ ਤੇ ਚੱਲਣ ਦੀ ਸਿੱਖਿਆ ਦਿੱਤੀ। ਮਾਤਾ ਨਸੀਬੋ ਦੇਵੀ ਜੀ ਜਿਹੜੇ ਸਾਡੇ ਪਰਮ ਪੂਜਨੀਕ ਮਾਤਾ ਜੀ, ਉਹ ਕੁਝ ਰੋਜ਼ ਪਹਿਲਾਂ ਸਰੀਰਕ ਤੌਰ 'ਤੇ ਸਾਨੂੰ ਵਿਛੋੜਾ ਦੇ ਕੇ ਚਲੇ ਗਏ ਸਨ। ਅੱਜ ਅਸੀਂ ਉਹਨਾਂ ਦੇ ਨਿਮਿੱਤ ਅੰਤਿਮ ਅਰਦਾਸ ਅਤੇ ਭੋਗ ਦੇ ਲਈ ਇੱਥੇ ਉਹਨਾਂ ਨੂੰ ਸ਼ਰਧਾ ਸੁਮਨ ਅਰਪਿਤ ਕਰਨ ਦੇ ਲਈ ਇਕੱਤਰ ਹੋਏ ਹਾਂ। ਮੈਂ ਦੇਖ ਰਿਹਾ ਪੰਡਾਲ ਦੇ ਵਿੱਚ ਅਲੱਗ ਅਲੱਗ ਪੋਲੀਟੀਕਲ ਪਾਰਟੀਆਂ ਤੋਂ ਔਰ ਸਮਾਜ ਸੇਵੀ ਸੰਸਥਾਵਾਂ ਤੋਂ, ਖਾਸ ਤੌਰ 'ਤੇ ਬਲਾਚੌਰ ਦੇ ਨਾਮੀ ਪਰਿਵਾਰ ਔਰ ਵਪਾਰ ਮੰਡਲ ਤੋਂ ਬਹੁਤ ਸਾਰੇ ਪ੍ਰਤੀਨਿਧ ਇੱਥੇ ਪਹੁੰਚੇ ਹੋਏ ਹਨ। ਬੀਬੀ ਨਸੀਬੋ ਦੇਵੀ ਇੱਕ ਬਹੁਤ ਅੱਛੇ ਸੁਭਾਅ ਦੀ ਨੇਕ ਔਰਤ ਸੀ। ਮੈਂ ਇਹ ਗੱਲ ਯਕੀਨ ਨਾਲ ਕਹਿੰਦਾ ਕਿ ਜੋੜੇ ਤਾਂ ਬਹੁਤ ਹੁੰਦੇ, ਲੇਕਿਨ ਜੋੜੇ ਸਾਡੇ ਭਾਈ ਦਾ ਕਿਸ਼ਨ ਰਾਮ ਕਿਸ਼ਨ ਜੀ ਦਾ ਮਨਸੀਬੋ ਦਾ ਜੋੜਾ ਤਾਂ ਇਹ ਬਹੁਤ ਹੀ ਇੱਕ
ਅੱਛੇ ਸੁਭਾਅ ਦੇ, ਨੇਕ ਨੀਅਤ ਹੈ ਔਰ ਲੋਕਾਂ ਵਿੱਚ ਹਰਮਨ ਪਿਆਰੇ ਥੇ। ਮਾਤਾ ਜੀ ਦਾ ਦੇਣ ਅਸੀਂ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਦੇ ਸਕਦੇ, ਕਿਉਂਕਿ ਜਦੋਂ ਵੀ ਕੋਈ ਪੁੱਛਦਾ ਹੈ ਇਨਸਾਨ ਕਿ ਤੁਹਾਡੇ ਮਾਤਾ ਪਿਤਾ ਜੀ ਕੀ ਕਰਦੇ ਹਨ, ਮਾਂ ਦਾ ਜਿਹੜਾ ਨਾਂ ਹੈ ਉਹ ਪਹਿਲਾਂ ਆਉਂਦਾ ਹੈ। ਮਾਂ ਦੀ ਮਮਤਾ ਤੇ ਉੱਪਰ ਹੋਰ ਕੋਈ ਚੀਜ਼ ਹੈ ਨਹੀਂ। ਜਿਹੜੇ ਮਹਾਂਪੁਰਸ਼ ਬੈਠੇ ਸਾਡੇ ਕੋਲ ਸਾਨੂੰ ਰੋਜ਼ ਸ਼ਿਕਸ਼ਾ ਦਿੰਦੇ ਹੈ, ਬਾਣੀ ਵੀ ਇਹ ਗੱਲ ਕਹਿੰਦੀ ਹੈ ਕਿ ਮਾਂ ਤੇ ਉੱਪਰ ਰਿਸ਼ਤਾ ਜਿਹੜਾ ਹੈ ਉਹ ਹੋਰ ਕੋਈ ਨਹੀਂ ਹੈ, ਪਹਿਲਾਂ ਮਾਂ ਦਾ ਰਿਸ਼ਤਾ ਹੈ, ਉਸ ਤੋਂ ਬਾਅਦ ਬਾਕੀ ਰਿਸ਼ਤੇ ਹਨ। ਕਿਉਂਕਿ ਮਾਂ ਇੱਕ ਐਸੀ ਚੀਜ਼ ਹੈ ਅਨਮੋਲ ਸਰਮਾ, ਜਿਹਨਾਂ ਨੇ ਮੌਕੇ ਨਾਲ ਸੰਭਾਲ ਲਿਆ ਹੈ, ਉਹਨਾਂ ਨੇ ਤਾਂ ਆਪਣਾ ਜੀਵਨ ਜਿਹੜਾ ਹੈ ਸਭ ਕੁਛ ਪਾ ਲਿਆ। ਜਿਵੇਂ ਨਹੀਂ ਸੰਭਾਲਿਆ ਫਿਰ ਤਾਂ ਪਛਤਾਵੇ ਤੋਂ ਬਗੈਰ ਹੋਰ ਗੱਲ ਨਹੀਂ ਤਾਂ ਕੋਈ ਹੁੰਦੀ ਹੈ। ਇਸ ਵਾਸਤੇ ਅਸੀਂ ਵੀ ਮਤਲਬ ਸਮਝਦੇ ਹਾਂ, ਪਰਿਵਾਰ ਦੇ ਨੇੜੇ ਹਾਂ, ਸਾਡੇ ਰਿਸ਼ਤੇਦਾਰ ਵੀ ਹਨ, ਪਰ ਮੁੰਡੇ ਬੜੇ ਲਾਇਕ ਹਨ, ਮਿਲਦੇ ਹਨ। ਜੇ ਕੋਈ ਦੁੱਖ ਸੁੱਖ ਹੁੰਦਾ ਹੈ ਤਾਂ ਸਾਡਾ ਜੋ ਫਰਜ਼ ਬਣਦਾ ਹੈ ਉਹਦੇ ਵਿੱਚ ਇਹਨਾਂ ਮੁੰਡਿਆਂ ਨੇ ਬਹੁਤ ਹੀ ਮਤਲਬ ਯੋਗਦਾਨ ਪਾਇਆ ਹੈ, ਕਿਉਂਕਿ ਮੌਕਾ ਕਦੇ ਮਿਲਦਾ ਹੁੰਦਾ ਹੈ। ਉਹਨਾਂ ਦਾ ਬਹੁਤ ਹੀ ਅੱਛਾ ਸੁਭਾਅ ਸੀਗਾ, ਬਹੁਤ ਨਿਮਰਤਾ ਸੀ ਉਹਨਾਂ ਦੇ ਵਿੱਚ ਔਰ ਬਹੁਤ ਸਹਿਣ ਸ਼ਕਤੀ ਸੀ। ਰਹੀ ਗੱਲ ਉਹਨਾਂ ਦੇ ਮਤਲਬ ਪਰਿਵਾਰ ਨੇ ਜਿਹੜੀ ਉਹਨਾਂ ਦੀ ਸੇਵਾ ਕੀਤੀ ਹੈ, ਮੈਂ ਤਾਂ ਇਹ ਸਮਝਦਾ ਕਿ ਇਹ ਜਿਹੜੇ ਚਾਰੇ ਪੁੱਤਰ ਹੈ ਇਹ ਬਹੁਤ ਭਾਗਾਂ ਵਾਲੇ, ਜਿਨ੍ਹਾਂ ਨੂੰ ਮਾਤਾ ਨਸੀਬੋ ਦੇਵੀ ਜੀ ਦੀ ਜਿਹੜੀ ਸੇਵਾ ਕਰਨ ਦਾ ਮੌਕਾ ਮਿਲਿਆ, ਔਰ ਕਾਫੀ ਲੰਬਾ ਸਮਾਂ ਇਹਨਾਂ ਨੇ ਉਹਨਾਂ ਦੀ ਸੇਵਾ ਕੀਤੀ ਹੈ, ਔਰ ਸਾਰਿਆਂ ਤੋਂ ਵੱਡੀ ਗੱਲ ਹੈ ਕਿ ਇਹਨਾਂ ਨੇ ਉਹਨਾਂ ਦੀ ਆਗਿਆਕਾਰੀ ਕੀਤੀ ਹੈ। ਦੁੱਖ ਦਾ ਜਦੋਂ ਵੀ ਜੀਵ ਸਾਡੇ ਨਾਲ ਜਾਂਦਾ ਹੈ ਇਹ ਤਾਂ ਮਾਤਾ ਜੀ, ਜੇ ਕੋਈ ਹੋਰ ਵੀ ਜੀਵ ਜਾਂਦਾ ਹੈ ਤਾਂ ਬਹੁਤ ਵੱਡਾ ਦੁੱਖ ਔਰ ਘਾਟ ਉਹਦੀ ਪੈਂਦੀ ਹੈ। ਮਾਤਾ ਦੀ ਘਾਟ ਤਾਂ ਕਦੇ ਵੀ ਪੂਰੀ ਨਹੀਂ ਹੋ ਸਕਦੀ। ਪਰਿਵਾਰਕ ਮੈਂਬਰ, ਪਰਿਵਾਰ ਦੇ ਕਰੀਬੀ ਰਿਸ਼ਤੇਦਾਰ, ਸੱਜਣ ਮਿੱਤਰ, ਅਲੱਗ ਅਲੱਗ ਪਾਰਟੀਆਂ ਦੇ ਆਗੂ ਸਾਹਿਬਾਨ ਅਤੇ ਵਿਸ਼ੇਸ਼ ਤੌਰ 'ਤੇ ਪਹੁੰਚੇ ਚੌਰੀ ਦਰਸ਼ਨ ਲਾਲ ਜੀ ਮੰਗੂਪਰ, MLA ਹਲਕਾ ਵਿਧਾਇਕ ਬਲਾਚ, ਅਸੀਂ ਸਾਰੇ ਮਿਲ ਕੇ ਬੀਬੀ ਨਸੀਬੋ ਦੇਵੀ ਜੀ ਅੰਤਮ ਵਿਦਾਈ ਦੇਣ ਲਈ ਇਕੱਠੇ ਹੋਏ। ਮਾਤਾ ਨਸੀਬੋ ਜੀ ਆਪਣੇ ਜੀਵਨ ਦਾ ਵੱਡਾ ਹਿੱਸਾ ਇੱਕ ਮਾਤਾ ਦੇ ਤੌਰ 'ਤੇ ਬਤੀਤ ਕੀਤਾ। ਵੈਸੇ ਤਾਂ ਸਾਡੇ ਜਿੰਨੇ ਵੀ ਨਾਤੇ ਹੈ ਹਰ ਨਾਤੇ ਦੀ ਆਪਣੀ ਆਪਣੀ ਅਹਿਮੀਅਤ ਹੈ, ਲੇਕਿਨ ਮਾਤਾ ਦਾ ਨਾਤਾ ਜਿਹੜਾ ਉਹ ਸਭ ਤੋਂ ਵੱਡਾ ਨਾਤਾ। ਸਾਰਾ ਪਰਿਵਾਰ ਜਿਹੜਾ ਹੈਗਾ ਇਲਾਕਾ ਇਹਨਾਂ ਲੜਕੀਆਂ ਦੀ ਸ਼ਲਾਘਾ ਕਰਦਾ ਹੈ ਵੀ ਹਮੇਸ਼ਾ ਸੱਚ ਮੰਨਿਓ। ਜੇ ਸੱਸ ਔਰ ਮਾਂ ਦਾ ਨੌਂ ਦਾ ਰਿਸ਼ਤਾ ਹੈਗਾ, ਜੇ ਸੱਚ ਮੰਨਿਓ ਤਾਂ ਮਾਂ ਔਰ ਧੀ ਦਾ ਰਿਸ਼ਤਾ ਹੈਗਾ। ਜਿਹਨਾਂ ਨੇ ਇਹ ਮੰਨ ਲਿਆ ਉਹ ਕਦੇ ਪਰਿਵਾਰਾਂ ਵਿੱਚ ਕਦੇ ਕਿੰਤੂ ਪਰੰਤੂ ਨਹੀਂ ਹੁੰਦੀ, ਪਰ ਇਸ ਪਰਿਵਾਰ ਦੇ ਵਿੱਚ ਖੇਸ ਵਿਸ਼ੇਸ਼ ਗੱਲ ਇਹ ਹੈ ਕਿ ਇਹਨਾਂ ਨੇ ਬਾਕੀ ਲੜਕੀਆਂ ਨੇ ਮਾਂ ਦਾ ਦਰਜਾ ਹੀ ਦਿੱਤਾ ਉਹਨੂੰ, ਉਹਨਾਂ ਨੇ ਵੀ ਕਦੇ ਸੱਸ ਨੇ ਜਿਹੜੇ ਹੈਗੇ ਉਹਨਾਂ ਨੇ ਵੀ ਮਾਂ ਦਾ ਹੀ ਉਹਨਾਂ ਨੂੰ ਲੜਕੀਆਂ ਦਾ ਹੀ ਦਰਜਾ ਦਿੱਤਾ ਹੈ। ਬਹੁਤ ਵੱਡੀ ਗੱਲ ਹੈਗੀ ਹੈ। ਜੇ ਇਸ ਪਰਿਵਾਰ ਦੀ ਅੱਜ ਗੱਲ ਕਰੀਏ ਇਕੱਲੇ ਵੀ ਪੁੱਤਰਾਂ ਨੇ, ਮੈਂ ਤਾਂ ਕਹਿ ਸਕਦਾ ਵੀ ਇਹਨਾਂ ਦੇ ਪੋਤਿਆਂ ਨੇ ਵੀ ਚੰਗੀ ਸੇਵਾ ਕਰਕੇ ਦੇਖ ਲਈ, ਗਾਹਾਂ ਪੋਤ ਨੇ ਉਹਨਾਂ ਨੇ ਵੀ ਸੇਵਾ ਕਰੀ। ਅੱਜ ਸੁੱਖ ਸਾਰੇ ਦੇਖ ਕੇ ਗਈ ਹੈ, ਪੋਤਾ ਇੰਜੀਨੀਅਰ ਹੋਵੇ, ਪੋਤ ਨੂੰ ਜਿਹੜੀ ਹੈਗੀ ਹੈ ਆਪਣੇ ਬੈਂਕ ਦੇ ਵਿੱਚ ਸਰਵਿਸ ਕਰਦੀ ਹੋਵੇ, ਇੱਕ ਪੋਤਾ ਜਿਹੜਾ ਹੈਗਾ ਬਹੁਤ ਵਧੀਆ ਰੈਸਟੋਰੈਂਟ ਹੋਟਲ ਚਲਾਉਂਦਾ ਹੋਵੇ, ਇਸ ਤੋਂ ਵੱਡੀ ਕਿਹੜੀ ਗੱਲ ਹੈ। ਜਿਹਨਾਂ ਨੇ ਆਪਣੇ ਸਪੁੱਤਰਾਂ ਦਾ ਸੁੱਖ ਦੇਖਿਆ ਵੀ ਪੋਤਿਆਂ ਦਾ ਸੁੱਖ ਵੀ ਦੇਖਿਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਿਸ਼ੇਸ਼ ਤੌਰ 'ਤੇ ਮਹਾਰਾਜ ਦਰਸ਼ਨ ਦਾਸ ਜੀ ਨੂੰ, ਮਹਾਰਾਜ ਜੀ ਸਾਡਾ ਇਹ ਪਰਿਵਾਰ ਤੁਹਾਡੇ ਧਾਮ ਨਾਲ ਬਹੁਤ ਦੇਰ ਤੋਂ ਜੁੜਿਆ। ਮਹਾਰਾਜ ਬ੍ਰਹਮਚਾਰੀ ਜੀ ਤੋਂ ਲੈ ਕੇ ਤਾਂ ਮੈਂ ਵੀ ਜਾਣਦਾ, ਇਸ ਸਮਾਗਮ ਵਿੱਚ ਤੁਸੀਂ ਸਾਰੀਆਂ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਪਹੁੰਚੀਆਂ, ਮੁੱਖ ਤੌਰ 'ਤੇ ਚੌਰੀ ਦਰਸ਼ਨ ਲਾਲ ਜੀ MLA, ਇਹਨਾਂ ਦਾ ਵੀ ਧੰਨਵਾਦ ਕਰਦਾ। ਬੀਬੀ ਜੀ ਵੀ ਪਹੁੰਚੇ ਆ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਹਾਡੇ ਸਾਰਿਆਂ ਅੱਗੇ ਬੇਨਤੀ ਕਰਦਾ ਕਿ ਇਸ ਸਮਾਗਮ ਤੋਂ ਬਾਅਦ ਸਾਰਿਆਂ ਨੇ ਪ੍ਰਸ਼ਾਦ ਲੈ ਕੇ ਜਾਣਾ ਔਰ ਲੰਗਰ ਛੱਕ ਕੇ ਜਾਣਾ। ਇੱਕ ਦਫ਼ਾ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ।